ਸਾਰੇ ਖਿਡਾਰੀ ਚੱਲੇ ਨੇ ਬਾਬੇ ਵੀਡੀਓ ਬਣਾਉਣ, ਸਾਰੇ ਖਿਡਾਰੀ ਆ ਚੁੱਕੇ ਨੇ ਬੱਲੇ ਬੱਲੇ ਜਵਾਨੋ। ਚਲੋ ਤੈਨੂੰ ਵੀ ਸੋਨੂੰ ਵੀ ਦਿੰਦਾ ਰੋਲ, ਸੋਨੂੰ ਦਈਏ ਰੋਲ, ਬਦਾਮਾਂ ਦੀਆਂ ਰੋਟੀਆਂ ਨਾਲ ਨੂੰ ਗੁਟਕੂ ਬੈਠੋ ਕਰਾ, ਸੋਨੂੰ ਰੋਲ ਦੇਣਾ। ਪਾਮ, ਦਿਸ ਇਜ਼ ਪਾਮ। ਸਾਰੀ ਟੀਮ ਪਹੁੰਚ ਚੁੱਕੀ ਹੈ, ਇਕੱਲੇ ਇਕੱਲੇ ਬੰਦੇ ਨੂੰ ਬੱਤ ਕਰਕੇ ਇਹਨਾਂ ਦੀ ਲੈਤੀ ਜਾਵੇਗੀ। ਪੱਪੀ, ਪੱਪੀ, ਹਾਂਜੀ, ਮਿੱਠੀ ਕੌੜੀ, ਮਿੱਠੀ ਹੈ, ਕਿਹੜਾ ਲੱਗ ਗਿਆ ਤੁਮ ਲੂਮੀਨਾਤੀ ਵਾਲੇ ਬੰਦੇ ਕੋ ਨਹੀਂ ਪਛਾਣ ਸਕਤੇ। ਹਮ ਕੱਲ ਹੀ ਗਏ ਥੇ, ਹਮਨੇ ਆਪਣਾ ਸਟਾਈਲ ਚੇਂਜ ਕਰ ਦਿਆ, ਹਮਨੇ ਨਿਊ ਸਟਾਈਲ ਰੱਖਾ ਹੈ। ਇਸ ਮਾਂ ਹਮ ਕੈਸਾ ਲੱਗਦਾ ਹੈ ਬਾਬੂ ਜੀ? ਬਹੁਤ ਅੱਛਾ ਲੱਗਦਾ ਹੈ ਭਈਆ। ਅੱਛਾ, ਤੇਰਾ ਨਹੀਂ ਲੱਗੇਗਾ ਜੇ ਪੱਗ ਵਾਲੇ ਕੇ ਨਹੀਂ ਲੱਗੇਗਾ, ਜੂੜੀ ਵਾਲੇ ਕੇ ਲੱਗ, ਜੂੜੀ ਵਾਲੇ ਕੇ ਲੱਗ ਗਿਆ ਤਾਂ ਹੈ। ਹਾਂ ਆ ਤੋ ਇਧਰ ਨੇੜ ਕਰੂੰ, ਕੈਸੇ ਹੋ, ਕਹਾਂ ਚਲ ਹੋ, ਬਣ ਚੁੱਕ ਟੋਪੀ ਲੈ ਗਿਆ, ਉਹ ਟੋਪੀ ਲੈ ਗਿਆ। ਕੱਪੜੇ ਚੇਂਜ ਕਰ ਲੋ ਬੱਚੋ, ਅੱਜ ਫੋਟੋ ਸ਼ੂਟ ਹੈ, ਸਿਰਫ ਫੋਟੋ ਸ਼ੂਟ, ਅੱਜ ਸਿਰਫ ਫੋਟੋ ਸ਼ੂਟ ਹੋਣਾ ਹੈ। ਹਫ਼ਤੇ 'ਚ ਦੋ ਦਿਨ ਫੋਟੋ ਸ਼ੂਟ, ਦੋ ਦਿਨ ਛੋਟੀਆਂ ਵੀਡੀਓ, ਤਿੰਨ ਦਿਨ ਵੱਡੀਆਂ ਵੀਡੀਓ। ਅਤੇ ਬਾਬਿਓ ਸਾਨੂੰ ਨਾ ਗਧਾ ਚਾਹੀਦਾ, ਗਧਾ ਹੋਵੇ ਚਾਹੇ ਗਧੀ, ਸਾਨੂੰ ਮਿਲਿਆ ਨਹੀਂ ਕਿਤੇ ਵੀ, ਕਿਸੇ ਵੀ ਏਰੀਏ 'ਚ ਹੈਗਾ ਆਪਣੇ ਸਾਡੇ ਪਿੰਡ ਤੋਂ 50-60 ਕਿਲੋਮੀਟਰ ਦੇ ਏਰੀਏ 'ਚ ਗਧਾ ਜਾਂ ਗਧੀ ਹੈਗੀ ਹੈ ਤਾਂ ਸਾਡੇ ਪਿੰਡ ਪਹੁੰਚਾਉਣ ਦੀ ਕਿਰਪਾਲਤਾ ਕਰੋ, ਜਿੰਨੇ ਪੈਸੇ ਤੁਹਾਡਾ ਖਰਚਾ ਉਹ ਅਸੀਂ ਦੇ ਦਾਂਗੇ, ਜੇ ਕੋਈ ਮੁੱਲ ਵੇਚਦਾ ਜਦੋਂ ਮੁੱਲ ਦੇ ਦਿਓ, ਅਸੀਂ ਵੀਡੀਓ ਬਣਾਉਣੇ ਨੇ, 3-4 ਵੀਡੀਓ ਬਣਾਉਣੀ ਨੇ, ਗਧੇ ਕਰਕੇ ਰੁਕੀਆਂ ਪਈਆਂ ਨੇ। ਗਧਾ ਹੋਵੇ ਚਾਹੇ ਗਧੀ ਹੋਵੇ, ਬਾਬੇ ਪਹੁੰਚਾਉਣ ਦੀ ਕਿਰਪਾਲਤਾ ਕਰੋ, ਲੈ ਕੇ ਆਓ ਬਾਈ ਮਣ ਕੇ ਸਾਡੇ ਪਿੰਡ। ਚੱਲ ਪਏ, ਚੱਲ ਪਏ, ਚੱਲ ਪਏ, ਐਕਟਰ ਸਾਰੇ ਤਿਆਰ ਹੋ ਗਏ। ਚਾਚਾ ਸਿੰਗਰ ਹੋਸੀ ਜੋ ਚੱਕ ਮੇ ਜੇ ਯਾਰਾ ਨਾ ਗਰੁੱਪ ਰੱਖਦਾਰ ਹੋਸੀ ਜੋ ਚੱਕ ਮੇ ਜੇ ਯਾਰਾਂ ਦਾ ਗਰੁੱਪ ਰੱਖਦਾ ਰੋਬ ਜਿਉਣੇ ਮੋੜ ਵਰਗਾ ਸੀ ਜੀ ਦੀ ਅੱਖਦਾ ਨੀ ਤੈਨੂੰ ਦੇਖ ਥਰ ਥਰ ਕੰਬਦਾ ਜਿਵੇਂ ਕੰਬਦੇ ਚੱਕੜਾਂ ਵਿੱਚ ਕੱਖ ਨੇ ਨੀ ਮੁੰਡਾ ਮਹਿੰਗੇ ਬੱਤੀ ਬੋਰ ਵਰਗਾ। ਨੀ ਮੁੰਡਾ ਮਹਿੰਗੇ ਬੱਤੀ ਬੋਰ ਵਾਰਗਾ ਨੀ ਤੇਰੀ ਠੋਕ ਤਾਂ ਬਲੌਰੀ ਆਖਣੇ ਹੁਸਾਂਟ ਮੇ ਸਰੀਰ ਦਾ ਸੀ ਜਿਮ ਮਾਰਦਾ ਚੜਿਆ ਸਰੂਰ ਰਹਿੰਦਾ ਹੁਣ ਤੇਰੇ ਪਿਆਰ ਦਾ ਹੋਰ ਨੀ ਸੁਣੋ ਦੇ ਭੈਣ ਚੋਲੀ ਕਰ ਦੇਣ ਬਾਬੇ ਜੇ ਸਟੇਜ ਤੇ ਖੜੇ ਲਾਉਣ ਲੱਗੇ 3-4 ਵਾਰ ਥਾਪੜੇ ਕਾਇਆ ਕਰੂ, ਕਦੋਂ ਹੱਸੀ ਨਿਕਲੀ ਜਾਇਆ ਕਰਨੀ ਆ।
ਵੈਸੇ ਗਾਉਂਦਾ ਬਹੁਤ ਸੋਹਣਾ ਭੂਆ ਕੋਲ ਜਿੱਦਣ ਦੀ ਗਈ ਪਿੰਡ ਨੀ ਮਿੱਤਰਾਂ ਦੀ ਸੂਲੀ ਉੱਤੇ ਟੰਗੀ ਜਿੰਦਨੀ ਜਿੰਦਰੀ ਨੂੰ ਤੇਰਾ ਹੀ ਵਿਛੋੜਾ ਖਾ ਗਿਆ ਬੀਏ ਤੋਂ ਬਾਅਦ ਮੁਲਾਕਾਤ ਹੋਈ ਨਾ ਬਿਨਾਂ ਗੱਲੋਂ ਲੜਿਆ ਨਾ ਕਰਨਾ ਖਰੋ ਮਿੱਤਰਾਂ ਦੀ ਤੇਰੇ ਬਿਨ ਹੋਰ ਕੋਈ ਨਾ ਜਮਾ ਫਾਹਾ ਵੱਜਦਾ ਜਮਾ ਫਾਹਾ ਵੱਜਦਾ ਅਖਦਾਰ ਅਸੀਂ ਕਿਉਂ ਜਾਂਦੇ ਹਾਂ ਉਹਨੂੰ ਚੱਕ ਚੱਕ ਕੰਮ ਤੂੰ ਚੱਲ ਚਲਾ ਹਾ ਹਾ ਕਰਕੇ ਅਸੀਂ ਬਣੇਗਾ ਸਿੰਗਰ ਅਸੀਂ ਜੋ ਚੱਕ ਮੇ ਯਾਰਾਂ ਦਾ ਗਰੁੱਪ ਰੱਖਦਾ ਬਸ ਇਹਦੀ ਸਟੋਰੀ ਨਾ ਪਾਇਆ ਹੱਸ ਨਾ ਯਾਰ ਚੰਗਾ ਚੱਲਦੀ ਅਸੀਂ ਜੋ ਚੱਕ ਮੇ ਯਾਰਾਂ ਦਾ ਗਰੁੱਪ ਰੱਖਦਾ ਰੋਬ ਜਿਉਣੇ ਮੋੜ ਵਰਗਾ ਸੀ ਜਿਹਦੀ ਅੱਖ ਦਾ ਨੀ ਤੈਨੂੰ ਦੇਖ ਥਰ ਥਰ ਕੰਬਦਾ ਜਿਵੇਂ ਕੰਬਦੇ ਚੱਕੜਾਂ ਵਿੱਚ ਕੱਖ ਨੇ ਨੀ ਮੁੰਡਾ ਮਹਿੰਗੇ ਬੱਤੀ ਬੋਰ ਵਰਗਾ ਚੜਿਆ ਸਰੂਰ ਰਹਿੰਦਾ ਹੁਣ ਤੇਰੇ ਪਿਆਰ ਦਾ ਹੋਰ ਨੀ ਸੁਣੋ ਤੇ ਭੈਣ ਚੋਲੀ ਕਰ ਦੇਣਗੇ ਸਟੇਜ ਤੇ ਖੜਾ ਲਾਉਣ ਲੱਗ ਗਈ ਜਿੰਦਨੀ ਤੇਰਾ ਹੀ ਵਿਛੋੜਾ ਖਾ ਗਿਆ ਬੀਏ ਤੋਂ ਬਾਅਦ ਮੁਲਾਕਾਤ ਹੋਈ ਨਾ ਬਿਨਾਂ ਗੱਲੋਂ ਲੜਿਆ ਨਾ ਕਰਨਾ ਖਰੋ ਮਿੱਤਰਾਂ ਦੀ ਤੇਰੇ ਬਿਨ ਹੋਰ ਕੋਈ ਨਾ ਜਮਾ ਫਾਹਾ ਵੱਜਦਾ ਜਮਾ ਫਾਹਾ ਵੱਜਦਾ ਕੰਨਾਂ ਵਿੱਚ ਨੱਤੀਆਂ ਪਿੱਛੇ ਰੈੱਡ ਬੱਤੀਆਂ ਕੰਨਾਂ ਵਿੱਚ ਨੱਤੀਆਂ ਪਿੱਛੇ ਰੈੱਡ ਬੱਤੀਆਂ ਯਾਰ ਮੇਰੇ ਸਾਰੇ ਕਹਿੰਦੇ ਤਾਸ਼ ਖੇਡਦੇ ਕੰਨਾਂ ਵਿੱਚ ਨੱਤੀਆਂ ਪਿੱਛੇ ਰੈੱਡ ਬੱਤੀ ਯਾਰ ਮੇਰੇ ਸਾਰੇ ਕਹਿੰਦੇ ਤਾਸ਼ ਖੇਡਦੇ ਯਾਰ ਮੇਰੇ ਬਾਬੇ ਸਾਡੇ ਪਿੰਡ ਦਾ ਚੱਲ ਚੰਡੀਗੜ੍ਹ ਲੈ ਕੇ ਚੱਲੀ ਗੇੜਾ ਦਵਾ ਕੇ ਲਈਏ ਚੰਡੀਗੜ੍ਹ ਗੇੜਾ ਕੰਮ ਤਾਂ ਤੂੰ ਬਿੱਲ ਲਾ ਬਾਬੇ ਆਹ ਦਿਨਾਂ ਚ ਬੰਦੇ ਸਾਰੇ ਕਾਲੇ ਹੋ ਗਏ ਬਾਬੇ ਉਹ ਗਰਮੀ ਬਹੁਤ ਪੈ ਰਹੀ ਹੈ ਇੰਨੀ ਅੱਗ ਪੈ ਰਹੀ ਹੈ ਤੇ ਕੱਲ ਨੂੰ ਅਮਰ ਸਿੱਧੂ ਦਾ ਚੈਨਲ ਹੈ ਪ੍ਰੋਡਿਊਸਰ DXX ਗਰੋ ਉਹ ਤੇ ਇੱਕ ਵੀਡੀਓ ਆ ਰਹੀ ਹੈ ਨਾ ਕੀ ਵੀਡੀਓ LOL ਮਤਲਬ ਕੁਐਸਚਨ ਮਾਰਕ ਲੋਲ ਕੀ ਹੈ ਮਤਲਬ ਕਿ ਚਲੋ ਪ੍ਰੋਡਿਊਸਰ DXX ਗਰੋ ਤੇ 10 ਵਜੇ ਆ ਜੂਗੀ ਤੇ ਅਸੀਂ ਅੱਜ ਜੋਗੀਆਂ ਕੋਲੇ ਗਧਾ ਪੁੱਛਣ ਗਏ ਸੀ ਗਧਾ ਨਹੀਂ ਮਿਲਿਆ ਤੇ ਗਧਿਆ ਲੌਂਗੋਵਾਲ ਕਹਿ ਰਹੇ ਨੇ ਲੌਂਗੋਵਾਲ ਵਾਲੇ ਮੁੰਡੇ ਜਿਹੜੇ ਸਟੋਰੀਆਂ ਦੇਖਦੇ ਹੋ ਬਾਈ ਮਣ ਕੇ ਜੋਗੀਆਂ ਨਾਲ ਗੱਲਬਾਤ ਕਰਕੇ ਸਾਨੂੰ ਗਧਾ ਛੱਡ ਕੇ ਜਾਓ ਇੱਕ ਜਿਹੜਾ ਸਾਡਾ ਤੇਲ ਦਾ ਖਰਚਾ ਜਿਹੜਾ ਵੀ ਹੋਊ ਖਰਚਾ ਪਰਚਾ ਅਸੀਂ ਦੇਵਾਂਗੇ ਬਾਈ ਮਣ ਕੇ ਗਧਾ ਲਿਓ ਭਾਲ ਕੇ ਯਾਰ ਹੁਣ ਬਾਹਰਲੇ ਕਈ ਕੁੜੀਆਂ ਨੂੰ ਮੁੰਡਿਆਂ ਕੁੜੀਆਂ ਨੂੰ ਨਹੀਂ ਪਤਾ ਡੌਂਕੀ ਨੂੰ ਕਹਿੰਦੇ ਨੇ ਗਧਾ ਮੈਨੂੰ ਤਾਂ ਅੱਜ ਪਤਾ ਲੱਗਿਆ ਗਧੇ ਨੂੰ ਡੌਂਕੀ ਕਹਿੰਦੇ ਨੇ ਸੋ ਬਾਬਿਓ ਗਧੇ ਵਾਲੀ ਵੀਡੀਓ ਤਿੰਨ ਨੇ ਵਾਲੀਆਂ ਗਾਡਰ ਨੇ ਬਾਬਿਓ ਜਦੋਂ ਕਰਾਉਣ ਆਏ ਪਹਿਲਾਂ ਬਾਹਲੇ ਹੁੰਦੇ ਸੀ ਬਾਬੇ ਬਾਹਲੇ ਗਧੇ ਹੁੰਦੇ ਸੀ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਤੇ ਗਰਾਊਂਡ ਦੇ ਪਿੱਛੇ ਗਧੇ ਬਹੁਤ ਹੁੰਦੇ ਉਹਨਾਂ ਦੇ ਬਹੁਤ ਝੂਟੇ ਲੈਂਦੇ ਹੁੰਦੇ ਉਹਦੀ ਕਰਨ ਸੌਣ ਲੱਗੇ ਸਹੀ 10 ਵਜੇ ਪਰਨੇ ਕਰਾਉਣੇ ਉਹਦੇ ਮਾਸਟਰ ਕਹਿੰਦੇ 11ਵਾਂ ਪੀਰੀਅਡ ਲੱਗ ਗਿਆ ਟੋਚਣ ਵੀ ਬਾਹਲੇ ਪੈਂਦੇ ਹੁੰਦੇ ਸੀ ਬਾਹਲੇ ਗਧਿਆਂ ਦੇ ਝੂਟੇ ਲੈਤੇ ਹੁਣ ਭੈਣ 'ਚ ਤਾਂ ਗਧਾ ਪਾਲਿਆ ਨਹੀਂ ਸੌਂਦਾ ਯਾਰ ਨਾ ਖੱਚਰ ਗਧਾ ਲਿਆਓ ਯਾਰ ਵੀਡੀਓ ਬਣਾਉਣੀ ਆ ਬਹੁਤ ਤਕੜੀ ਯਾਰ ਭੈਣ 'ਚ ਉਹਦੀ ਨਵੀਆਂ ਨਵੀਆਂ ਵੀਡੀਓ ਨਵੇਂ ਨਵੇਂ ਐਕਟਰ ਬਾਬਿਓ ਸਾਡੇ ਕੋਲ ਕਿਹੜਾ ਮਰਜ਼ੀ ਫਲੋਪ ਤੋਂ ਫਲੋਪ ਐਕਟਰ ਲਿਆ ਦੋ ਇੱਕ ਮਹੀਨੇ ਦੇ ਵਿੱਚ ਵਿੱਚ ਉਹਨੂੰ ਪੂਰਾ ਸੋਲਿਡ ਐਕਟਰ ਬਣਾ ਦਾਂਗੇ ਪੂਰਾ ਤਕੜਾ ਜੋ ਮਾਰ ਮਾਰ ਥਾਪੜੇ ਨੂੰ ਐਕਟਿੰਗ ਹੀ ਸਿਖਾ ਦਾਂਗੇ ਬਾਬੇ ਪੱਟ ਚੱਕ ਦਾਂਗੇ ਕਿਹੜਾ ਮਰਜ਼ੀ ਐਕਟਰ ਲਿਆ ਸਾਡੇ ਕੋਲ ਜਿਹਨੂੰ ਐਕਟਿੰਗ ਨਹੀਂ ਸਾਡੇ ਕੋਲ ਭੇਜ ਦੋ ਫੜੀ ਫੋਨ ਮਾੜਾ ਜਿਹਾ ਇੱਥੇ ਬਣੀ ਹਾਂ ਚਾਚਾ ਇੱਥੇ ਰੱਖ ਬਾਬੇ ਉਹ ਜੇ ਕਿਸੇ ਵੀਰ ਭੈਣ ਭਰਾ ਦਾ ਕਿਸੇ ਦਾ ਰਿਸ਼ਤਾ ਨਹੀਂ ਤਾਂ ਮੈਨੂੰ ਦੱਸੋ ਮੈਂ ਰਿਸ਼ਤਾ ਕਰਾ ਦੂੰਗਾ 24 ਘੰਟੇ ਦੇ ਵਿੱਚ ਵਿੱਚ ਕਿਸੇ ਦਾ ਵੀ ਰਿਸ਼ਤਾ ਨਹੀਂ ਹੁੰਦਾ ਉਮਰ 25 ਸਾਲ ਪਲੱਸ ਚਾਹੀਦੀ ਹੈ ਠੀਕ ਹੈ ਤੇ ਬਸ ਢਿੱਡ ਵਾਲਾ ਵੱਡਾ ਨਹੀਂ ਹੋਣਾ ਚਾਹੀਦਾ ਮੀਡੀਅਮ ਢਿੱਡ ਹੋਣਾ ਚਾਹੀਦਾ ਰੰਗ ਕਾਲਾ ਪੂਲਾ ਕਿਹੜਾ ਵੀ ਉਹ ਚੱਲ ਜੂ ਤੇ 10ਵੀਂ ਪਾਸ ਹੋਣਾ ਚਾਹੀਦਾ ਠੀਕ ਹੈ ਮੈਂ ਰਿਸ਼ਤਾ ਕਰਾ ਦੂੰਗਾ ਕਿਸੇ ਵੀ ਮੁੰਡੇ ਕੁੜੀ ਦਾ ਸਾਡੇ ਭੈਣ ਭਾਈ ਦਾ ਰਿਸ਼ਤਾ ਨਹੀਂ ਹੁੰਦਾ ਮੈਂ ਰਿਸ਼ਤਾ ਕਰਾ ਦੂੰਗਾ ਜਿਹੋ ਜਿਹਾ ਬੰਦਾ ਆਪ ਉਹ ਜਿਹਾ ਬਾਂਹ ਭਾਲ ਕੇ ਦੂੰ
ਇਹ ਨਾ ਸੋਚੋ ਵੀ ਆਪ ਕੁੜੀ ਕਹੇ ਮੈਨੂੰ ਬਾਹਲਾ ਘੈਂਟ ਮੁੰਡਾ ਭੜਕਦੇ, ਮੁੰਡਾ ਆਪ ਕਿਹਾ ਜਾ ਹੋਵੇ, ਆਪ ਕਹੇ ਮੈਨੂੰ ਭੈਣ ਦੀ ਬੁੱਧੀ ਕਟਰੀਨਾ ਕਹੇ ਭੜਕਦੇ, ਉਹ ਗੱਲ ਨਹੀਂ ਬਣਦੀ। 2% ਡਾਊਨ ਭੜ ਕੇ ਦੂੰਗਾ, ਠੀਕ ਹੈ, ਅਤੇ ਰੁਪਈਏ ਲਊਂਗਾ ਮੈਂ 25,000 ਰੁਪਈਆ 30,000 ਕਰਦੇ, 25 ਘੱਟ ਨਹੀਂ, 25 ਦਾ ਲਊਂਗਾ ਜੀ ਭੈਣ 'ਚ, 25 ਵੀ ਜਾਇਜ਼ ਆ, 25,000 ਦਾ ਮੇਰਾ 30 ਕਰਦੇ, ਜਿਹੜਾ 5 ਸਾਡਾ ਉਹ ਸਾਡੇ ਦੋਨਾਂ 'ਚ ਬਣ ਜਾਊਗਾ, ਮੇਰਾ ਤੇਲੀ ਮਾਚੂ, ਜੇ ਕਿਤੇ ਰਿਸ਼ਤਾ ਨਹੀਂ ਹੁੰਦਾ ਮੈਨੂੰ ਦੱਸੋ, ਮੈਂ ਕਰਾ ਦੂੰਗਾ ਰਿਸ਼ਤਾ ਬਾਬੇ ਹੱਥ ਨੂੰ, ਠੀਕ ਹੈ, ਆਪਣੀ ਵੈਬਸਾਈਟ ਬਣ ਰਹੀ ਆ, ਉਹ 'ਤੇ ਰਿਸ਼ਤੇ ਕਰਾਇਆ ਕਰੂੰਗਾ ਮੈਂ। ਇੱਕ ਦਿਨ ਮੇਰੇ ਨਾਲ 10 ਕੁੜੀਆਂ ਬੈਠੀਆਂ, ਮੈਂ ਮਾਰਿਆ ਫੈਰ, ਆਵਾਜ਼ ਨਾਲ ਤਾਂ ਡਿੱਗ ਗਈਆਂ ਪਰ ਮੇਰਾ ਪਦ ਉਹਨਾਂ ਨੇ ਕੈਚ ਕੀਤਾ, ਬਾਬੇ ਮੈਂ ਫੋਟੋ ਪਾਈ ਸੀ ਇੰਸਟਾਗ੍ਰਾਮ ਤੇ ਜਵਾਕ ਜੀ ਦੀ, ਉਹ ਜਿਹਦੇ ਵਿੱਚ ਜਵਾਕ ਜੀ ਦੀ ਪਿੱਠ ਨਹੀਂ ਸੀ, ਤੂੰ ਵੀ ਡੈਨ ਬਲਜੀਰੀਅਨ ਮੰਨਦਾ ਸੀਗਾ, ਇੰਸਟਾਗ੍ਰਾਮ ਵਾਲੇ ਨੇ ਭੈਣ ਚੋਦ ਨੇ ਡਿਲੀਟ ਕਰਤੀ, ਫਿਰ ਮੈਂ ਉਹਦੇ ਚਿੱਤਰ ਜਿਹਾ ਬਲਰ ਕਰਕੇ ਪਾਈ, ਫਿਰ ਵੀ 25 ਮਿੰਟਾਂ ਬਾਅਦ ਉਹਨੇ ਡਿਲੀਟ ਕਰਤੀ, ਫਿਰ ਮੈਂ ਉਹਦੀ ਪਿੱਠ ਤੇ ਜਿਹੜੀ ਤੇੜ ਜੀ ਹੁੰਦੀ ਉਹ ਤਾਂ ਲਾਈਨ ਜੀ ਲਾਤੀ, ਮੈਂ ਦਿਖੇ ਨਾ, ਭੈਣ ਚੋਦਾਂ ਨੇ ਫਿਰ ਵੀ ਡਿਲੀਟ ਕਰਤੀ ਦੀ ਕੁੜੀ ਲੈਣ, ਫਿਰ ਮੈਂ ਹਾਰ ਕੇ ਜਵਾਕ ਦੇ ਵਿੱਚ ਚਿੱਤੜੀ ਵੜਦੇ ਕੱਟਣੀ ਪਈ, ਫਿਰ ਪਾਈ, ਫਿਰ ਫੋਟੋ ਬਚੀ। ਵਾਓ।